ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰੋ ਤੇ ਵੀਡੀਓ ਨੂੰ ਅਗਰ ਚੰਗੀ ਲੱਗੇ ਤੇ ਲਾਈਕ ਸ਼ੇਅਰ ਜਿਹੜਾ ਕਰਿਓ ਜਰੂਰ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਅਫਤੂਰ ਇੰਟਰਨੈਸ਼ਨਲ ਜਿਹੜੀ ਆਪਣੀ ਪਹਿਲੀ ਖਬਰ ਹੈ ਜੀ ਇੱਕ ਬਹੁਤ ਹੀ ਬੈਡ ਨਿਊਜ਼ ਆਈ ਹੈ ਆਈ ਤਾਂ ਇੰਡੀਆ ਤੋਂ ਹੈ ਹੋਇਆ ਇਸ ਤਰ੍ਹਾਂ ਕਿ ਇੱਕ satsang ਇੰਡੀਆ ਦੇ ਵਿੱਚ ਚੱਲ ਰਿਹਾ ਸੀ ਜਿਹਦੇ ਵਿੱਚ ਅਚਾਨਕ ਹੀ ਜਿਹੜੀ ਭਾਜੜ ਮਚ ਜਾਂਦੀ ਹੈ ਦੱਸਿਆ ਗਿਆ ਹੈ ਕਿ ਹੁਣ ਤੱਕ ਇਸ ਸਪੀਡ ਦੇ ਵਿੱਚ 122 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਜ਼ਿਆਤਰ ਬੱਚੇ ਹਨ ਬਜ਼ੁਰਗ ਹਨ ਤੇ ਔਰਤਾਂ ਹਨ 150 ਤੋਂ ਜ਼ਿਆਦਾ ਲੋਕ ਜਿਹੜੇ ਜ਼ਖਮੀ ਹੋ ਚੁੱਕੇ ਹਨ ਦੱਸਿਆ ਗਿਆ ਕਿ ਜਿਹੜੀ ਭਾਈ ਦੌੜ ਉਦੋਂ ਮੱਚੀ ਜਦੋਂ ਜਿਹੜਾ ਸਤਸੰਗ ਸੀ ਇਹ ਖਤਮ ਹੋ ਚੁੱਕਾ ਸੀ ਤੇ ਲੋਕ ਜਿਹੜੇ ਬਾਹਰ ਨਿਕਲ ਰਹੇ ਸਨ ਉਸ ਟਾਈਮ ਜਿਹੜੀ ਇਹ ਭਾਈ ਦੌੜ ਮੱਚਦੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਇੱਕ ਦੂਜੇ ਦੇ ਥੱਲੇ ਹੀ ਦੱਬੇ ਗਏ ਇਹ ਜਿਸ ਜਗ੍ਹਾ ਸਤਸੰਗ ਹੋ ਰਿਹਾ ਸੀ ਇਹ ਦੱਸਿਆ ਗਿਆ ਕਿ ਯੂਪੀ ਦੇ ਵਿੱਚ ਹੋ ਰਿਹਾ ਸੀ ਯੂਪੀ ਦਾ ਜਿਹੜਾ ਇੱਕ ਪ੍ਰਦੇਸ਼ ਹੈ ਜੀ ਹਾਥਰਸ ਉੱਥੇ ਇੱਕ ਸਤਸੰਗ ਦੇ ਦੌਰਾਨ ਜਿਹੜੀ ਇਹ ਭਾਈਦਲ ਮੱਚਦੀ ਹੈ। ਬਾਕੀ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਜਿਸ ਜਗ੍ਹਾ ਇਹ ਸਤਸੰਗ ਹੋ ਰਿਹਾ ਸੀ ਜਿਹੜੀ ਇੱਥੇ ਲੋਕਾਂ ਦੀ ਗਿਣਤੀ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਗਿਣਤੀ ਸੀ 50000 ਤੋਂ ਜ਼ਿਆਦਾ ਜਿਹੜੇ ਸ਼ਰਧਾਲੂ ਸਤਸੰਗ ਸੁਣਨ ਦੇ ਵਾਸਤੇ ਇੱਥੇ ਆਏ ਹੋਏ ਸਨ। ਹੁਣ ਦੇਖ ਲੈਂਦੇ ਹਾਂ ਜੀ ਕਰੰਸੀ ਰੇਟ 1 ਡਾਲਰ 83 ਰੁਪਏ 48 ਪੈਸੇ ਕੈਨੇਡਾ ਦਾ 1 ਡਾਲਰ 60 ਰੁਪਏ 96 ਪੈਸੇ ਆਸਟ੍ਰੇਲੀਆ ਦਾ 1 ਡਾਲਰ 55 ਰੁਪਏ 55 ਪੈਸੇ 1 ਯੂਰੋ ਦਾ ਰੇਟ ਵੱਧ ਕੇ 99 ਰੁਪਏ 60 ਪੈਸੇ ਉੱਤੇ ਪਹੁੰਚ ਚੁੱਕਾ ਹੈ ਨਿਊਜ਼ੀਲੈਂਡ ਦਾ ਡਾਲਰ 50 ਰੁਪਏ 86 ਪੈਸੇ ਦੁਬਈ ਦਾ ਦਰਮ 22 ਰੁਪਏ 73 ਪੈਸੇ ਤੇ ਲਾਸਟ ਵਿੱਚ ਇੰਗਲੈਂਡ ਦਾ 1 ਪੌਂਡ 105 ਰੁਪਏ 76 ਪੈਸੇ ਦੇ ਉੱਤੇ ਚੱਲ ਰਿਹਾ ਹੈ ਗੱਲ ਕਰ ਲਈਏ ਇੱਕ ਇਹੋ ਜਿਹੇ ਸ਼ਖਸ ਦੀ ਜਿਸ ਦਾ ਨਾਮ ਹੈ ਜੀ ਰਤਨ ਟਾਟਾ ਤੁਸੀਂ ਸ਼ਾਇਦ ਜਿਹੜਾ ਇਹਨਾਂ ਨੂੰ ਪਲੀ ਪਾਂਤ ਜਾਣਦੇ ਹੋਵੋਗੇ ਜਿਨ੍ਹਾਂ ਦੀਆਂ ਟਾਟਾ ਬੱਸਾਂ ਵੀ ਹਨ ਤੇ ਟਾਟਾ ਜਿਹੜੀ ਕੰਪਨੀ ਇਹਨਾਂ ਦੀ ਹੈ ਹੁਣ ਹੋਇਆ ਕੀ ਸੀ ਕਿ ਇੱਕ ਜਿਹੜਾ ਬਹੁਤ ਵੱਡਾ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ 115 ਕਰਮਚਾਰੀ ਇਹਨੂੰ ਕਿਹਾ ਗਿਆ ਸੀ ਕਿ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਜਿਹਨੂੰ ਪਟੀਆਈਐਸਐਸ ਕਹਿੰਦੇ ਆ ਇਹਦੇ ਵਿੱਚੋਂ 115 ਮੁਲਾਜ਼ਮਾਂ ਦੀ ਜਿਹੜੀ ਸ਼ਾਂਟੀ ਕਰਨ ਦਾ ਐਲਾਨ ਕੀਤਾ ਗਿਆ ਸੀ ਟਾਟਾ ਵੱਲੋਂ ਇਹਨਾਂ ਦੇ ਵਿੱਚ 55 ਫੈਕਲਟੀ ਮੈਂਬਰਸ ਹਨ ਤੇ 60 ਜਿਹੜੇ ਸਨ ਨੌਨ ਟੀਚਿੰਗ ਸਟਾਫ ਦਾ ਬੰਦੇ ਸ਼ਾਮਿਲ ਸਨ ਅੱਜ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਜਿਹੜੇ ਦਾ ਕੰਟਰੈਕਟਸ 30 ਜੂਨ 2024 ਨੂੰ ਖਤਮ ਹੋ ਰਿਹਾ ਸੀ ਪਰੰਤੂ ਰਤਨ ਟਾਟਾ ਜਿੱਦਾਂ ਕੀ ਇਹ ਮਸ਼ਹੂਰ ਹਨ ਕਿ ਜਿਹੜੀ ਇਹ ਬਹੁਤ ਸਾਰੇ ਲੋਕਾਂ ਦੀ ਜਿਹੜੀ ਇਹ ਮਦਦ ਕਰਦੇ ਹਨ ਜਿਹੜੀ ਇਹ ਚੀਜ਼ ਹੁਣ ਫਿਰ ਜਿਹੜੀ ਸਾਹਮਣੇ ਆਈ ਹੈ ਤੇ ਰਤਨ ਟਾਟਾਨੀ ਕੀ ਕੀਤਾ ਹੈ ਕਿ ਨਾ ਜਿਹੜੇ 115 ਬੰਦੇ ਨੂੰ ਕੱਢਣ ਦੀ ਬਜਾਏ ਜਿਹੜਾ ਇਸ ਸੰਸਥਾ ਨੂੰ T E T ਇਹਨਾਂ ਨੂੰ ਜਿਹੜਾ ਇੱਕ ਗ੍ਰਾਂਟ ਵਧਾਉਣ ਦਾ ਜਿਹੜਾ ਭਰੋਸਾ ਦੇ ਦਿੱਤਾ ਇਸ ਤੋਂ ਬਾਅਦ ਜਿਹੜੀ ਇਹ ਸੰਸਥਾ ਸੀ ਇਸ ਨੇ ਮੁਲਾਜ਼ਮਾਂ ਦੀ ਜਿਹੜੀ ਸਸਪੈਂਸ਼ਨ ਜਾਂ ਬਰਖਾਸਤ ਸੀ ਉਹ ਵਾਪਸ ਲੈ ਲਈ ਇੱਥੇ ਵੀ ਦੱਸ ਜੀ ਕਿ ਪਹਿਲੀ ਵਾਰ ਜਿਹਾ ਨਹੀਂ ਹੋਇਆ ਕਿ ਜਦੋਂ ਰਤਨ ਟਾਟਾ ਨੇ ਕਰਮਚਾਰੀਆਂ ਦੇ ਪ੍ਰਤੀ ਇੰਨੀ ਜ਼ਿਆਦਾ ਹਮਦਰਦੀ ਦਿਖਾਈ ਹੈ कोरोना काल ਦੇ ਵਿੱਚ ਵੀ ਜਦੋਂ ਵੱਡੀਆਂ ਕੰਪਨੀਆਂ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਛਾਂਟੀ ਕਰ ਰਹੀਆਂ ਸਨ ਤੇ ਰਤਨ ਟਾਟਾ ਨੇ ਉਸ ਟੇ ਵੀ ਜਿਹੜਾ ਇਸ ਦਾ ਸਖਤ ਵਿਰੋਧ ਕੀਤਾ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਕੰਪਨੀਆਂ ਹਨ ਇਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੇ ਪ੍ਰਤੀ ਜਿਨ੍ਹਾਂ ਨੇ ਤੁਹਾਡੇ ਵਾਸਤੇ ਕੰਮ ਕੀਤਾ ਹੈ ਤੁਸੀਂ ਉਹਨਾਂ ਨੂੰ ਇੰਜ ਹੀ ਨਹੀਂ ਛੱਡ ਸਕਦੇ ਸੁਰਤਨ ਟਾਟਾ ਜੀ ਨੂੰ ਇੱਕ ਸਲੂਟ ਜਿਹੜਾ ਹੈ ਜੀ ਸਾਡੇ ਲੋ ਬਣਦਾ ਹੈ ਮਾਲਕ ਹੋਵੇ ਤਾਂ ਇਹੋ ਜਿਹਾ ਬਾਕੀ ਗੱਲ ਕਰ ਲਈਏ ਨੈਕਸਟ ਅਪਡੇਟ ਦੀ ਜਿਵੇਂ ਕਿ ਇਟਲੀ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਨੂੰ ਪੁਰਾਣੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਸ ਟਾਈਮ ਜਿਹੜਾ ਯੂਰਪ ਹੈ ਜੀ ਜਿਹੜੇ ਲੇਬਰ ਦਾ ਕੰਮ ਲੋਕ ਇੱਥੇ ਫੈਕਟਰੀਆਂ ਦੇ ਵਿੱਚ ਕਰਦੇ ਹਨ ਸਟਾਲੀਆਂ ਦੇ ਵਿੱਚ ਕੰਮ ਕਰਦੇ ਹਨ ਜਾਂ ਖੇਤਾਂ ਦੇ ਵਿੱਚ ਕੰਮ ਕਰਦੇ ਹਨ ਇਹ ਗਵਰਨਮੈਂਟ ਜਾਂ ਲੋਕਾਂ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਜਿਹੜਾ ਕੰਮ ਹੈ ਜੀ ਬਹੁਤ ਜ਼ਿਆਦਾ ਹਾਰਡ ਵਰਕ ਹੁੰਦਾ ਹੈ ਮਿਹਨਤ ਕਰਨੀ ਪੈਂਦੀ ਹੈ ਸੋ ਜਿਹੜਾ ਇੱਕ ਨਵੀਂ ਜਿਹੜੀ ਬਹਿਸ ਇੱਥੇ ਚੱਲੀ ਹੈ ਕਿ ਜਿਹੜੇ ਕੰਮ ਦੇ ਘੰਟੇ ਕਿਉਂ ਨਾ ਘਟਾਏ ਤੇ ਜਾਣ ਤੇ ਜਦੋਂ ਯੂਰਪ ਦੇ ਵਿੱਚ ਇਹ ਗੱਲ ਚੱਲੀ ਕਿ ਜਿਹੜੇ ਕੰਮ ਦੇ ਘੰਟੇ ਘਟਾਈ ਜਾਣ ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਕੁਝ ਤੇ ਕੁਝ ਦੇਸ਼ ਜਿਹੜੇ ਉਲਟ ਚੱਲੇ ਤੇ ਇੱਕ ਜਿਹੜੀ ਖੁਸ਼ਖਬਰੀ ਤੁਹਾਨੂੰ ਦੱਸਣ ਜਾ ਰਿਹਾ ਸਪੇਨ ਦੇ ਵਿੱਚੋਂ ਆ ਰਹੀ ਹੈ ਸਪੇਨ ਨੇ ਜਿਹੜਾ ਇਹਦੇ ਉੱਤੇ ਇੱਕ ਨਵਾਂ ਜਿਹੜਾ ਫੈਸਲਾ ਲੈ ਲਿਆ ਹੈ ਹੁਣ ਸਪੇਨ ਦੇ ਵਿੱਚ ਜਿਹੜਾ ਇੱਕ ਹਫ਼ਤਾ ਹੋਏਗਾ ਜੀ ਕੰਮ ਕਰਨ ਦੇ ਵਾਸਤੇ 40 ਘੰਟਿਆਂ ਤੋਂ ਘਟਾ ਕੇ ਜਿੱਦਾਂ ਕਿ ਇਟਲੀ ਦੇ ਵਿੱਚ ਵੀ 40 ਘੰਟੇ ਚੱਲਦਾ ਹੈ 37 ਘੰਟੇ ਜਿਹੜਾ ਇਹ ਕਰਨ ਜਾ ਰਹੇ ਹਨ 2025 ਤੋਂ ਜਿਹੜੀ ਇਸ ਦੀ ਸਟਾਰਟਿੰਗ ਕਰ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਹੀ ਯੂਰੋਪੀਅਨ ਯੂਨੀਅਨ ਦਾ ਇੱਕ ਦੇਸ਼ ਗ੍ਰੀਸ ਜਿਹੜਾ ਕਿ ਇਸ ਚੀਜ਼ ਦੇ ਬਿਲਕੁਲ ਜਿਹੜਾ ਉਲਟ ਜਾ ਰਿਹਾ ਹੈ ਇਸਨੇ ਕੀ ਕੀਤਾ ਹੈ ਕਿ ਪੰਜਾਂ ਦਿਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਇੱਕ ਹਫ਼ਤੇ ਨੂੰ 6 ਦਿਨ ਦਾ ਕਰ ਦਿੰਦਾ ਹੈ। ਮਤਲਬ ਕਿ 40 ਦਿਨ ਦੀ ਜਗ੍ਹਾ ਦੇ ਉੱਤੇ 48 ਘੰਟੇ ਦਾ ਇੱਕ ਹਫ਼ਤਾ ਬਣਾ ਦਿੰਦਾ ਹੈ। ਤੇ ਗਰੀਸ ਦੀ ਜਿਹੜੀ ਸੋਚ ਇਹ ਹੈ ਕਿ ਇਹਦੇ ਨਾਲ ਲੋਕ ਜ਼ਿਆਦਾ ਕੰਮ ਕਰਨਗੇ ਤੇ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਵਧੇਗੀ। ਤੇ ਇੱਥੇ ਹੁਣ ਤੁਹਾਡੇ ਮਨ 'ਚ ਆਏਗਾ ਕਿ ਇਟਲੀ ਇਸ ਟਾਈਮ ਕੀ ਕਰ ਰਿਹਾ ਹੈ? ਤੇ ਇਟਲੀ ਵਿੱਚ ਇਸ ਟਾਈਮ ਹੈ ਕਿ ਇਟਲੀ ਜਿਹੜਾ ਹੈ ਜੀ ਇੱਕ ਇਹੋ ਜਿਹਾ ਰਸਤਾ ਲੱਭ ਰਿਹਾ ਹੈ। ਕਿ ਇਟਲੀ ਜਿਹੜਾ ਕੋਈ ਵੀ ਚੇਂਜਸ ਵਗੈਰਾ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ। ਜਿਹੜੀ ਇੱਥੋਂ ਦੀ ਸਰਕਾਰ ਹੈ ਮਿਲੋਨੀ ਸਰਕਾਰ ਉਹ ਨਹੀਂ ਚਾਹੁੰਦੀ ਕਿ ਜਿਹੜੇ ਕੰਮ ਦੇ ਘੰਟੇ ਘਟਾਏ ਜਾਣ ਇਟਲੀ ਦੇ ਵਿੱਚ ਜਾਂ ਵਧਾਏ ਜਾਣ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਜਿਹੜੀ ਇੱਥੋਂ ਦੀ ਪ੍ਰੋਡਕਸ਼ਨ ਹੈ ਜੀ ਉਸ ਨੂੰ ਕਿਸ ਤਰੀਕੇ ਨਾਲ ਵਧਾਇਆ ਜਾਵੇ ਜੇ ਸਰਕਾਰ ਹੁਣ ਪ੍ਰੋਡਕਸ਼ਨ ਵਧਾਉਣ ਦੇ ਮੂਡ ਦੇ ਵਿੱਚ ਹੈ ਤਾਂ ਇੱਥੇ ਪੱਕੀ ਗੱਲ ਹੈ ਕਿ ਜਿਹੜੇ ਘੰਟੇ ਇਟਲੀ ਦੇ ਵਿੱਚ ਨਹੀਂ ਘਟਾਏ ਜਾਣਗੇ ਬਾਕੀ ਇੱਥੇ ਇਹ ਗੱਲ ਪੱਕੀ ਹੈ ਕਿ ਜੇ ਕੰਮ ਦੇ ਜਿਹੜੇ ਘੰਟੇ ਘਟਾਏ ਜਾਂਦੇ ਹਨ ਤੇ ਇਹਦੇ ਨਾਲ ਅੰਤ ਦੇ ਵਿੱਚ ਜਿਹੜਾ ਲੀਬਰ ਨੂੰ ਹੀ ਫਾਇਦਾ ਹੋਣਾ ਹੈ ਅੱਜ ਜਿਹੜੇ ਲੋਕ ਇਸ ਚੀਜ਼ ਦੇ ਉਲਟ ਹਨ ਜਿਹੜੇ ਕਹਿੰਦੇ ਹਨ ਕਿ ਨਹੀਂ ਨਹੀਂ ਉਹਨਾਂ ਦੀ ਜਿਹੜੀ ਸੈਲਰੀ ਵਗੈਰਾ ਘਟ ਜਾਵੇਗੀ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿੰਨਾ ਦੇਸ਼ਾਂ ਦੇ ਵਿੱਚ ਜਿਹੜੇ ਕੰਮ ਦੇ ਘੰਟੇ ਘਟਾਏ ਜਾ ਰਹੇ ਹਨ ਜਿਹੜੀ ਸੈਲਰੀ ਹੈ ਜੀ ਉਹਦੇ ਉੱਤੇ ਕੋਈ ਜ਼ਿਆਦਾ ਅੰਤਰ ਨਹੀਂ ਪੈ ਰਿਹਾ ਬਾਕੀ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਪੇਨ ਦੇ ਵਿੱਚ ਹੈ ਜੀ ਜਿਹੜੀਆਂ ਸਪੇਨ ਦੇ ਵਿੱਚ ਯੂਨੀਅਨ ਹਨ ਉਹਨਾਂ ਦੇ ਅਨੁਸਾਰ ਜਿਹੜਾ ਪ੍ਰਪੋਜ਼ਲ ਹੈ ਜੀ ਉਸ ਨੂੰ ਜਿਹੜਾ 35 ਘੰਟੇ ਦੇ ਬਸ ਜਿਹੜਾ ਮੈਕਸਿਮਮ ਵਰਕਿੰਗ ਵੀਕ ਜਿਹੜਾ ਹੈ ਜੀ ਕਰਨ ਦਾ ਜਿਹੜਾ ਕੀਤਾ ਗਿਆ ਸੀ ਪਰੰਤੂ ਸਰਕਾਰ ਜਿਹੜੀ ਹੈ ਜੀ 37 ਦੇ ਉੱਤੇ ਮੰਨ ਚੁੱਕੀ ਹੈ ਬਾਕੀ ਜਦੋਂ ਪੂਰੀ ਯੂਰੋਪੀਅਨ ਯੂਨੀਅਨ ਦੇ ਵਾਸਤੇ ਜਿਹੜਾ ਐਗਰੀਮੈਂਟ ਹੈ ਜੀ ਇਹ ਮਲੋ ਪਾਸ ਹੋ ਜਾਂਦਾ ਹੈ ਜਿਹੜਾ ਰਿਫਾਰਮ ਹੈ ਜੀ ਉਹ ਅਪਰੂਵ ਹੋ ਜਾਂਦਾ ਹੈ ਤੇ ਉਸ ਟਾਈਮ ਦੱਸਿਆ ਗਿਆ ਕਿ ਆਟੋਮੈਟਿਕਲੀ ਤਰੀਕੇ ਨਾਲ ਜਿਹੜਾ ਹੈ ਜੀ ਸਾਰੀਆਂ ਕੰਟਰੀਆਂ ਉੱਤੇ ਜਿਹੜਾ ਨਿਯਮ ਲਾਗੂ ਹੋਵੇਗਾ ਜਿਹਦੇ ਵਿੱਚ 40 ਘੰਟੇ ਤੋਂ 38 ਘੰਟੇ ਦੀ ਜਿਹੜੀ ਲਿਮਟ ਹੈ ਜੀ ਉਹ ਆਪਣੇ ਆਪ ਹੀ ਬਣ ਜਾਵੇਗੀ ਬਾਕੀ ਤੁਹਾਨੂੰ ਇਹਦੇ ਨਾਲ ਇੱਕ ਹੋਰ ਵੀ ਚੀਜ਼ ਦਾ ਸੀ ਕਿ ਇਹਦੇ ਜਿੱਦਾਂ ਕਿ ਸਪੇਨ ਦੇ ਵਿੱਚ ਕੰਮ ਦੇ ਜਿਹੜੇ ਘੰਟੇ ਘਟਾਏ ਗਏ ਹਨ ਹੁਣ ਇਹਦੇ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਜਿਹੜੀ ਓਵਰਟਾਈਮ ਦੀ ਲਿਮਟ ਹੈ ਜੀ ਉਹ ਵਧਾਇਤੀ ਜਾਵੇਗੀ ਤੇ ਕੰਪਨੀਆਂ ਨੂੰ ਖੁੱਲਾ ਛੱਡ ਦਿੱਤਾ ਜਾਵੇਗਾ ਕਿ ਜਿੰਨਾ ਮਰਜੀ ਓਵਰਟਾਈਮ ਲਗਾਉਣ ਜਿਹੜਾ ਓਵਰਟਾਈਮ ਜਿਹੜਾ ਹੈ ਜੀ ਪਰਮਿਟਡ ਓਵਰਟਾਈਮ ਉਹਦੇ ਵਾਸਤੇ ਜਿਹੜਾ ਹੈ ਜੀ 80 ਘੰਟੇ ਜਿਹੜੇ ਹਨ ਜੀ ਇੱਕ ਸਾਲ ਦੇ ਵਿੱਚ ਬੰਦਾ ਲਾ ਸਕਦਾ ਹੈ ਇੱਥੇ ਤੁਹਾਨੂੰ ਇਹ ਦੱਸਦੀ ਕਿ ਇੱਕ ਵੱਖਰੀ ਗੱਲ ਹੈ ਕਿ ਸਾਡੇ ਜਿਹੜੇ ਵੀਰ ਖੇਤੀ ਦੇ ਵਿੱਚ ਕੰਮ ਕਰਦੇ ਹਨ ਜ਼ਿਆਦਾਤਰ ਖੇਤੀ ਦੇ ਵਿੱਚ ਕੀ ਹੁੰਦਾ ਹੈ ਕਿ 16-16 ਘੰਟੇ ਵੀ ਜਿਹੜੇ ਸਾਡੇ ਵੀਰ ਜਿਹੜੇ ਇੱਥੇ ਕੰਮ ਕਰਦੇ ਹਨ ਕਈ ਵਾਰ 5 ਯੂਰੋ ਦੇ ਉੱਤੇ ਕੰਮ ਕਰਦੇ ਹਨ 16 ਘੰਟੇ 30 ਦਿਨ ਜਿਹੜਾ ਕੰਮ ਹੈ ਜੀ ਤੁਸੀਂ ਆਪਣੇ ਆਪ ਹੀ ਦੇਖ ਸਕਦੇ ਹੋ ਕਿ ਜੇ ਤੁਸੀਂ 30 ਦਿਨ ਕੰਮ ਕਰਦੇ ਹੋ ਤੇ 480 ਘੰਟੇ ਇੱਕ ਮਹੀਨੇ ਦੇ ਵਿੱਚ ਕਈ ਵੀਰ 10-10 ਘੰਟੇ ਡੇਲੀ ਕੰਮ ਕਰਦੇ ਹਨ ਸੋਮਵਾਰ ਤੋਂ ਲੈ ਕੇ ਲਗਾਤਾਰ 300 ਘੰਟੇ ਖੇਤੀਬਾੜੀ ਵਿੱਚ ਜਿੰਨੇ ਲੋਕ ਕੰਮ ਕਰਦੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਘੱਟੋ-ਘੱਟ 250 ਤੋਂ ਲੈ ਕੇ 300 ਘੰਟੇ ਤੱਕ ਤਾਂ ਜਿਹੜੇ ਆਮ ਬੰਦੇ ਕੰਮ ਕਰਦੇ ਹਨ ਬਾਕੀ ਇਥੇ ਇੱਕ ਹੋਰ ਚੀਜ਼ ਦੱਸੀ ਗਈ ਹੈ ਕਿ ਜੇ ਕੰਮ ਦੇ ਜਿਹੜੇ ਘੰਟਿਆਂ ਦੇ ਵਿੱਚ ਕਟੌਤੀ ਕੀਤੀ ਜਾਂਦੀ ਜਿਹੜੀ ਸੈਲਰੀ ਹੈ ਜੀ ਉਹਦੇ ਵਿੱਚ ਜਿਹੜਾ ਘੱਟ ਨਹੀਂ ਲੱਗੇਗਾ ਮਤਲਬ ਕਿ ਜਿਹੜੀ ਸੈਲਰੀ ਹੈ ਜੀ ਉਹਨਾਂ ਦੀ ਉਨੀ ਹੀ ਰਹਿਣੀ ਹੈ ਕੰਮ ਦੇ ਹੀ ਕੱਲੇ ਜਿਹੜੇ ਘੰਟੇ ਘਟਾਏ ਜਾਣਗੇ ਜਿਹੜੀ ਇਸੇ ਚੀਜ਼ ਦੇ ਉੱਤੇ ਜਿਹੜੀ ਸਹਿਮਤੀ ਹੌ ਇਦੇ ਨਾਲ ਕੀ ਹੋਏਗਾ ਕਿ ਜੇ ਕਿਸੇ ਵੀਰ ਨੂੰ ਸਪੋਜ਼ ਕਰੋ ਕਿ 10 ਯੂਰੋ 1 ਘੰਟੇ ਦੇ ਮਿਲਦੀਆਂ ਹਨ ਤੇ ਜਦੋਂ ਕੰਮ ਦੇ 1 ਘੰਟੇ ਹਫ਼ਤੇ ਵਿੱਚ ਘਟ ਜਾਣਗੇ ਤੇ ਜਿਹੜੀ ਸੈਲਰੀ ਉਸ ਦੀ ਸੇਮ ਰਹਿਣੀ ਹੈ ਤੇ 10 ਯੂਰੋ ਦੀ ਜਗ੍ਹਾ ਦੇ ਉੱਤੇ ਹੋ ਸਕਦਾ ਹੈ ਕਿ ਜਿਹੜਾ ਉਸ ਦਾ ਰੇਟ ਹੈ ਜੀ ਉਹ 11 ਯੂਰੋ ਬਣ ਜਾਵੇ ਅਗਲੀ ਜਿਹੜੀ ਖਬਰ ਹੈ ਜੀ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹੜੇ 12 ਦਿਨ ਤੋਂ ਜ਼ਿਆਦਾ ਫੀਰੀ ਇਹ ਲੈਣਗੇ ਫੀਰੀ ਮਤਲਬ ਕਿ ਛੁੱਟੀਆਂ ਜਿਹੜੀਆਂ 12 ਦਿਨ ਤੋਂ ਅਗਰ ਉੱਪਰ ਛੁੱਟੀਆਂ ਲੈਣੀਆਂ ਹਨ ਤਾਂ ਉਹਦੇ ਵਾਸਤੇ ਕੀ ਹੋਏਗਾ ਕਿ ਏਜੰਸੀ ਦਾ ਦਿਲ ਇੰਤਰਾਤੀ ਜਿਹੜਾ ਹੈ ਉਹਦੇ ਨਾਲ ਜਿਹੜਾ ਸੰਪਰਕ ਕਰਨਾ ਪਵੇਗਾ ਉਹਨਾਂ ਨੂੰ ਦੱਸਣਾ ਪਵੇਗਾ ਕਿ ਜਿਹੜਾ ਛੁੱਟੀਆਂ ਹਨ ਜੀ ਉਹ 12 ਦਿਨ ਤੋਂ ਉੱਪਰ ਜਾ ਰਹੀਆਂ ਹਨ ਇਹ ਹੁਣ ਕਿਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੀਆਂ 12 ਦਿਨ ਦੀਆਂ ਛੁੱਟੀਆਂ ਇੱਥੇ ਦੱਸਿਆ ਕਿ ਇੱਕ ਲੋਕ ਉਹ ਹੁੰਦੀਆਂ ਨੇ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹਨ ਜਾਂ ਕਿਸੇ ਦੇ ਅਧੀਨ ਕੰਮ ਕਰਦੇ ਹਨ ਤੇ ਦੂਜੇ ਪਾਸੇ ਇੱਕ ਲੋਕ ਉਹ ਹੁੰਦੀਆਂ ਜਿਨ੍ਹਾਂ ਦੇ ਕੋਲ ਆਪਣਾ ਵੈਟ ਨੰਬਰ ਹੁੰਦਾ ਜਿੱਦਾਂ ਕਿ ਤੁਸੀਂ ਕੋਈ ਦੁਕਾਨ ਖੋਲੀ ਹੈ ਜਾਂ ਤੁਹਾਡਾ ਕੋਈ ਆਪਣਾ ਕਾਰੋਬਾਰ ਹੈ ਕੋਈ ਏਜੰਸੀ ਹੈ ਕੋਈ ਸ਼ਾਪ ਹੈ ਕੋਈ ਰੈਸਟੋਰੈਂਟ ਹੈ ਕੁਝ ਵੀ ਹੈ ਤੇ ਤੁਹਾਡੇ ਕੋਲ ਹੀ ਕੋਈ ਵੈਟ ਨੰਬਰ ਵੀ ਹੁੰਦਾ ਹੈ ਹੁਣ ਅਗਰ ਤੁਹਾਡੇ ਕੋਲ ਵੈਟ ਨੰਬਰ ਹੈ ਤੇ ਤੁਸੀਂ ਅਗਸਤ ਦੇ ਵਿੱਚ ਸੋਚਦੇ ਹੋ ਕਿ 2 ਹਫ਼ਤੇ ਵਾਸਤੇ ਜਿਹੜੀ ਸ਼ਾਪ ਹੈ ਜੀ ਬੰਦ ਕਰਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਅਗਸਤ ਵਿੱਚ ਕਈਆਂ ਜਗ੍ਹਾ ਤੇ ਉਤੋਂ ਜਾਂਦੇ ਹੋ ਤੇ ਲਿਖਿਆ ਹੁੰਦਾ ਹੈ ਕਿ ਜਿਹੜੀ ਸ਼ਾਪ ਹੈ ਜੀ ਛੁੱਟੀਆਂ ਕਰਕੇ ਬੰਦ ਹੈ ਤੇ ਕਈ ਵਾਰ ਲੋਕ ਆਪਣੀ ਮਰਜ਼ੀ ਨਾਲ 3 ਹਫ਼ਤੇ 4 ਹਫ਼ਤੇ ਵੀ ਜਿਹੜੀਆਂ ਆਪਣੀਆਂ ਸ਼ਾਪਸ ਵਗੈਰਾ ਨੂੰ ਬੰਦ ਕਰ ਦਿੰਦੇ ਹਨ ਹੁਣ ਜਿਹੜਾ ਇਹੋ ਜਿਹਾ ਕੰਮ ਅਗਰ ਕੋਈ ਕਰਨਾ ਚਾਹੁੰਦਾ ਹੈ ਮਤਲਬ 12 ਦਿਨ ਤੋਂ ਜ਼ਿਆਦਾ ਕਿਸੇ ਨੇ ਅਗਰ ਦੁਕਾਨ ਬੰਦ ਕਰਨੀ ਹੈ ਤੋਂ ਦੇ ਵਾਸਤੇ ਜਿਹੜਾ ਹੈ ਜੀ ਉਹਨਾਂ ਨੂੰ ਜਿਹੜੀ ਰੈਵਨਿਊ ਏਜੰਸੀ ਹੁੰਦੀ ਜਿਹਨੂੰ ਆਪਾਂ ਏਜੰਸੀ ਦਿਲ ਇੰਟਰਾਟੇ ਕਹਿੰਦੇ ਆ ਉਹਦੇ ਨਾਲ ਜਿਹੜਾ ਕਮਿਊਨੀਕੇਸ਼ਨ ਜਿਹੜੀ ਹੈ ਜੀ ਉਹ ਕਰਨੇ ਪਵੇਗੇ। ਬਾਕੀ ਜਿਹੜੇ ਆਮ ਵਰਕਰ ਹਨ ਜਿਨ੍ਹਾਂ ਦੇ ਕੋਲ ਬੈਟ ਨੰਬਰ ਨਹੀਂ ਹੈ ਉਹਨਾਂ ਦੇ ਵਾਸਤੇ ਕੋਈ ਦਿੱਕਤ ਨਹੀਂ ਹੈ। ਉਹ ਜਿਹੜੇ ਆਪਣੇ ਜੋ ਵੀ ਉਹਨਾਂ ਦੇ ਜਿਹੜੇ ਰੂਲ ਚੱਲਦੇ ਹਨ ਫੈਕਟਰੀ ਵਿੱਚ ਉਸ ਸਾਲ ਦੇ ਨਾਲ ਜਿਹੜੀ ਉਹ ਛੁੱਟੀ ਵਗੈਰਾ ਆਪਣੀ ਲੈ ਸਕਦੇ ਹਨ। ਹੁਣ ਗੱਲ ਕਰ ਲਈਏ ਜਿਹੜੇ ਵੀਰਾਂ ਦੇ ਭੈਣਾਂ ਦੇ ਕੁਝ ਕਮੈਂਟ ਆਏ ਹਨ। ਕੁਲਵਿੰਦਰ ਕੌਰ ਜੀ ਕਹਿ ਰਹੇ ਹਨ ਕਿ ਜਿਹੜਾ ਲੈਲਾ ਆਟਾ ਹੈ ਜੀ ਬਰਾਊਨ ਵਾਲਾ ਇਹਨਾਂ ਨੂੰ 1 yellow white ਦਾ ਜਿਹੜਾ yellow whiter 2811 ਇਹਨਾਂ ਦਾ ਕਮੈਂਟ ਆਇਆ ਯਾਨੀ ਕਿ ਇਹ ਕਿ ਜਿਹੜਾ ਹੁਣ ਬਰਾਗਾ ਆਟਾ ਜੀ ਵਧੀਆ ਨਹੀਂ ਲੱਗਦਾ ਇਹਨਾਂ ਨੂੰ ਵਧੀਆ ਨਹੀਂ ਆ ਰਿਹਾ ਤੇ ਇੱਕ ਗੱਲ ਉਹ ਹੋਰ ਕਹਿੰਦੇ ਨੇ ਕਿ ਜਿਹੜਾ ਆٹے ਦਾ ਰੇਟ ਹੈ ਜੀ ਹਰ ਜਗ੍ਹਾ ਦੇ ਉੱਤੇ ਆਪੋ ਆਪਣਾ ਰੇਟ ਜਿਹੜਾ ਹੈ ਜੀ ਦੁਕਾਨਾਂ ਵਾਲੇ ਲਾ ਰਹੇ ਹਨ ਬਹੁਤੇ ਵੀਰਾਂ ਦੇ ਕਮੈਂਟ ਆਏ ਯਾਨੀ ਕਿ ਬਰਾਗਾ ਆਟਾ ਜਿਹੜਾ ਹੈ ਜੀ ਵਧੀਆ ਹੈ ਬਾਕੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਮੈਂਟ ਆਏ ਜਿਨ੍ਹਾਂ ਦੇ ਵਿੱਚ ਮਨਜੀਤ ਕੌਰ, ਗੋਪਾਲ ਸਿੰਘ, ਅਨਿਲ ਕੁਮਾਰ, ਅਸ਼ੋਕ ਲਾਲ, ਸਿੰਘ ਸਤਨਾਮ, ਕੁਲਵਿੰਦਰ ਸਿੰਘ ਤਰਲੋਚਨ ਸਿੰਘ ਜਫਰ ਇਕਵਾਲ ਅੱਗੇ ਹੈ ਜੀ ਗੁਰਨੌਰ ਦਮਨਜੀਤ ਰਮੇਸ਼ ਚੰਦਰ ਮਾਨ ਮਨੀ ਜੰਡ ਅੱਗੇ ਹੈ ਜੀ ਦیدار ਸਿੰਘ ਕਮਲਜੀਤ ਸਿੰਘ ਸਤਨਾਮ ਸਿੰਘ ਸੂਮਨ ਤੇ ਉਸ ਤੋਂ ਅੱਗੇ ਹੈ ਜੀ ਮੰਦੀਰ ਸਿੰਘ ਅੱਗੇ ਹੈ ਜੀ ਰਿਆਜ ਛਾ ਸੋਨੀਆ ਸ਼ਰਮਾ ਸਿੰਘ ਸਤਨਾਮ ਜਗਤਾਰ ਸਿੰਘ ਮਨਦੀਪ ਕੌਰ ਜਸਵਿੰਦਰ ਕੌਰ ਅੱਗੇ ਹੈ ਜੀ ਰੰਜਨ ਠਾਕੁਰ ਤੈਨੂੰ ਬਲੇਤੀਆ ਜਸਵਿੰਦਰ ਕੌਰ ਪ੍ਰਿਤਪਾਲ ਸਿੰਘ ਤੇ ਉਸ ਤੋਂ ਅੱਗੇ ਹੈ ਜੀ ਯੋਲੋ ਵਾਈਟਰ ਅੱਗੇ ਹੈ ਜੀ ਗੁਲ ਬੋਗੁਲਾਬ ਤੇ ਫਿਰ ਹੈ ਜੀ ਜਗਤਾਰ ਸਿੰਘ ਬਲਜੀਤ ਕੌਰ ਅਮਰਤਪਾਲ ਸਿੰਘ ਕੁਲਵਿੰਦਰ ਸਿੰਘ ਯੂਜ਼ਰ ਜੇਪੀ04 ਕੁਲਵਿੰਦਰ ਕੌਰ ਬਲਵਿੰਦਰ ਸਿੰਘ ਪਵਨ ਕੁਮਾਰ ਸੋਨੀਆ ਸ਼ਰਮਾ ਅੱਗੇ ਹੈ ਜੀ ਸਵਿੰਦਰਜੀਤ ਅੱਗੇ ਹੈ ਜੀ ਸ੍ਰਿੰਦਰ ਰਾਣਾ ਸਮ ਸੈਣੀ ਜਗਵੀਰ ਛਠਾ ਜਤਿੰਦਰ ਕੌਰ ਸੁਵਿੰਦਰਜੀਤ ਬਿੱਲਾ ਬਾਲਕ੍ਰਿਸ਼ਨ ਜਸਵਿੰਦਰ ਸਿੰਘ ਨਰਿੰਦਰ ਕੌਰ ਸਿੰਘ ਸਰੂਪ ਸੁਖਦੇਵ ਸਿੰਘ ਗੁਰਦੀਪ ਜੋਸਨ ਰਮੇਸ਼ ਚੰਦਰ ਤੇ ਦਿਦਾਰ ਸਿੰਘ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਤੁਸੀਂ ਕਮੈਂਟਾਂ ਜੀ ਤੁਸੀਂ ਖੁੱਦ ਜਾ ਕੇ ਪੜ ਸਕਦੇ ਹੋ ਜਿਹੜੇ ਸਾਰੇ ਕਮੈਂਟਾਂ ਦੇ ਜਵਾਬ ਦੇਣੀ ਵੀਡੀਓ ਦੇ ਵਿੱਚ ਸਾਨੂੰ ਔਕੇ ਆਂ ਬਾਕੀ ਜਿਹੜਾ ਅੱਜ ਦਾ ਸਵਾਲ ਹੈ ਜੀ ਉਹ ਹੀ ਹੈ ਜੀ ਤੁਸੀਂ ਜੇ ਕਿਤੇ ਵੀ ਕੰਮ ਕਰਦੇ ਹੋ ਤੁਸੀਂ ਜਿਹੜਾ ਹਫਤੇ ਦੇ ਵਿੱਚ ਨਾਰਮਲ ਕਿੰਨੇ ਘੰਟੇ ਕੰਮ ਕਰਦੇ ਹੋ 40 50 45 ਜੋ ਵੀ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕੱਲ ਦੀ ਜਿਹੜੀ ਵੀਡੀਓ ਵਿੱਚ ਉਹਨਾਂ ਨੂੰ ਪਬਲਿਸ਼ ਕੀਤਾ ਜਾਵੇਗਾ ਵੀਡੀਓ ਦੀ ਕੀ ਧੰਨਵਾਦ